ਅਨਪੜ੍ਹ ਸਾਹਿਬ ਅਸੀਂ ਗੁਰਦੁਆਰੇ ਸਾਹਿਬ ਕਰਾਵਾਂਗੇ, ਗੁਰੂ ਘਰ ਵਿੱਚ ਕਰਾਵਾਂਗੇ, ਅਤੇ ਇੱਥੇ ਪਾਠ ਸਮਾਧੀ 'ਤੇ ਨਹੀਂ ਕਰਾਵਾਂਗੇ, ਅੱਗੇ ਤਾਂ ਬਾਕੀ ਅਨਪੜ੍ਹ ਸਾਹਿਬ ਗੁਰੂ ਅਤੇ ਆਪਣੇ ਗੁਰੂ ਘਰ 'ਚ ਕਰਾਵਾਂਗੇ। ਇਸ ਗੱਲ ਤੋਂ ਇਸ ਟਾਈਮ ਸਾਡੇ ਨਾਲ ਬਾਬਾ ਸਤਨਾਮ ਸਿੰਘ ਇੰਟਰਨੈਸ਼ ਪੰਥਕ ਦਲ ਦੇ ਪ੍ਰਧਾਨ, ਉਹ ਵੀ ਪਹੁੰਚੇ ਨੇ, ਭਾਈ ਪਰਮਜੀਤ ਸਿੰਘ ਮਨਸੂਰਦੇਵਾ, ਭਾਈ ਬਲਵਿੰਦਰ ਸਿੰਘ, ਭਾਈ ਟਹਿਲ ਸਿੰਘ ਔਰ ਨਗਰ ਦੇ ਸਰਪੰਚ ਸਾਹਿਬ, ਭਾਈ ਭਗਵਾਨ ਸਿੰਘ, ਸਾਰੀ ਸੰਗਤ ਪਹੁੰਚੀ ਹੈ, ਸਾਰੀ ਸੰਗਤ, ਭਾਈ ਕੁਲਵੰਤ ਸਿੰਘ, ਸਾਰਿਆਂ ਵਿੱਚ ਫੈਸਲਾ ਹੋਇਆ, ਇਹਨਾਂ ਮੰਨਿਆ ਸਰਪੰਚ ਸਾਹਿਬ ਨੇ ਔਰ ਕਮੇਟੀ ਵਾਲੇ ਨੇ। ਅਤੇ ਅੱਜ ਤੋਂ ਬਾਅਦ ਅਸੀਂ ਇੱਥੇ ਜਿਹੜਾ ਪਹਿਲੋਂ ਅਨਪੜ੍ਹ ਸਾਹਿਬ ਹੋ ਗਏ ਆ ਉਹ ਹੋ ਗਏ, ਅੱਜ ਤੋਂ ਬਾਅਦ ਅਸੀਂ ਸਮਾਧੀ 'ਤੇ ਪਾਠ ਨਹੀਂ ਕਰਾਵਾਂਗੇ। ਇੱਦਾਂ ਅਸੀਂ ਨਗਰ ਸਾਰੀ ਜਥੇਬੰਦੀਆਂ ਵੱਲੋਂ ਪਿੰਡ ਦਾ ਧੰਨਵਾਦ ਕਰਦੇ ਹਾਂ, ਸਰਪੰਚ ਸਾਹਿਬ ਦਾ ਔਰ ਨਗਰ ਦੀ ਕਮੇਟੀ ਦਾ, ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ, ਵੀ ਇਹਨਾਂ ਕਿਹੜਾ ਗੁਰੂ ਦਾ ਹੁਕਮ ਮੰਨਿਆ, ਗੁਰੂ ਦੀ ਗੱਲ ਮੰਨੀ ਆ। ਜੇ ਤੂੰ ਫਿਰ ਵੀ ਕੋਈ ਬੰਦਾ ਗਲਤ ਭਾਵਨਾ ਨਾਲ ਇੱਥੇ ਗਲਤ ਕੰਮ ਕਰੂਗਾ, ਪਿੰਡ ਦਾ ਹੋਰ ਕੋਈ ਬਾਹਰੋਂ ਕੋਈ ਸ਼ਰਾਰਤੀ ਬੰਦਾ ਕੋਈ ਸ਼ਰਾਰਤ ਕਰ ਸਕਦਾ ਹੈ, ਉਹਦੇ 'ਤੇ ਕਾਨੂੰਨੀ ਕਾਰਵਾਈ ਹੋਊਗੀ, ਤਾਂ ਕਾਲ ਤਖ਼ਤ ਜੋ ਕਾਰਵਾਈ ਹੋ ਜੇ ਕੋਈ ਫਿਰ ਵੀ ਉਲੰਘਣਾ ਕਰੇਗਾ, ਅਤੇ ਜਥੇਬੰਦੀ ਨੂੰ ਕਾਲ ਤਖ਼ਤ ਦੇ ਮਰਿਆਦਾ ਅਨੁਸਾਰ ਲੈ ਕੇ ਅਸੀਂ ਕਾਰਵਾਈ ਕਰਾਵਾਂਗੇ। ਜੇ ਕੋਈ ਬੰਦਾ ਫਿਰ ਵੀ ਪਿੰਡ ਦਾ ਇਹੋ ਜਿਹਾ ਬੰਦਾ ਉੱਠ ਪੈਂਦੇ ਉਲੰਘਣਾ ਕਰੇਗਾ, ਤਾਂ ਅਸੀਂ ਫਿਰ ਵੀ ਨਗਰ ਦਾ ਦੁਬਾਰਾ ਪਿੰਡ ਵਾੜਾ ਬਰਜਾਮ ਸਿੰਘ ਸਾਰੇ ਨਗਰ ਦਾ ਧੰਨਵਾਦ ਕਰਦੇ ਹਾਂ, ਕਿੰਨਾ ਅਕਾਲ ਤਖ਼ਤ ਦੀ ਮਰਿਆਦਾ ਨੂੰ ਮੰਨਦੇ ਹੋਏ ਆਪਣਾ ਫੈਸਲਾ ਵਾਪਸ ਲਿਆ ਹੈ, ਦਿਲ ਦੀਆਂ ਘਰਾਈਆਂ 'ਚੋਂ ਧੰਨਵਾਦ ਆ ਸਾਰੇ ਨਗਰ ਦਾ, ਸਾਰੇ ਬਜ਼ੁਰਗਾਂ ਦਾ, ਸਾਰੇ ਪ੍ਰਬੰਧਕ ਜਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।